कल श्री आनंदपुर साहिब दे विच आप दे विधायक अमरजीत सिंह संधवा उत्ते होए हमले ने कांग्रेस नूं विरोधियों के निशाने उत्ते खड़ा कर दिता है। इस मामले विच पुलिस ने हुण तक 3 आरोपियों नूं गिरफ्तार किया है, जिन्हां नूं अदालत ने 4 दिनों के पुलिस रिमांड उत्ते भेज दिता है। अज जांच मगरों इस मामले विच एक होर नवां अहम मोड़ आ चुकिया है। इस संबंधी वेख लैंदे हां एक खास रिपोर्ट। बीते दिनी रेत माइनिंग नूं रुकवाउण गए आप दे विधायक उत्ते जो हमला कीता गया है, उसने ना सिर्फ पंजाब दी सियासत सगों पुलिस प्रशासन नूं भी हिला के रख दिता है। कुछ लोकां वालों इस विधायक ते उस दे सुरक्षा कर्मियां नाल कीती कुटमार ने साफ कर दिता है कि रेत माइनिंग करन वालियां दे दिल विच कानून दा कोई खौफ नहीं है। इस मामले विच हुण तक पुलिस ने 3 कथित दोषियां नूं गिरफ्तार कीता है ते अज अदालत विच इन्हां तिन्नां दोषियां नूं पेशी मगरों 4 दिनां दी रिमांड उत्ते ਦਿੱਤਾ ਜਾਵੇਗਾ। 3 ਅਰੈਸਟ ਕੀਤੇ ਸੀਗੇ, ਉਹ ਅੱਜ ਕੋਰਟ 'ਚ ਪੇਸ਼ ਕੀਤੇ ਗਏ। 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ। ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਵਿੱਚ ਆਰਮਡ ਐਕਟ ਵੀ ਸ਼ਾਮਿਲ ਹੈ। ਇਸ ਮਾਮਲੇ ਵਿੱਚ ਹੁਣ ਤੱਕ 2 ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। 5 ਦਿਨ ਦੇ ਰਿਮਾਂਡ ਦੀ ਗੱਲ ਕੀਤੀ ਸੀ ਜੀ ਇਹਨਾਂ ਨੇ ਤੇ ਕਿਹਾ ਸੀ ਵੀ 3 ਦੋਸ਼ੀ ਇਹ ਅਰੈਸਟ ਹੋ ਚੁੱਕੇ ਆ, ਇਹਦੇ ਵਿੱਚੋਂ ਅਜਵਿੰਦਰ ਸਿੰਘ ਤੇ ਬਚਿੱਤਰ ਸਿੰਘ ਜਿਹੜੇ ਹੈਗੇ ਗ੍ਰਿਫਤਾਰ ਕਰਨੇ ਆ ਤੇ ਅਸਲੇ ਦੀ ਰਿਕਵਰੀ ਵਾਸਤੇ 5 ਦਿਨ ਵਾਸਤੇ ਇਹਨਾਂ ਨੇ ਰਿਮਾਂਡ ਮੰਗਿਆ ਸੀ ਤੇ ਜੱਜ ਸਾਹਿਬ ਨੇ 4 ਦਿਨ ਦਾ ਰਿਮਾਂਡ ਦਿੱਤਾ ਹੈਗਾ ਜੀ ਇਹਨਾਂ ਦਾ। ਧਾਰਾ ਹੈਗੀ ਜੀ 307 ਦਾ, 295 ਏ ਹੈਗੀ ਹੈ ਜੀ, 353, 186, 148, 149 ਦੇ ਤਹਿਤ ਪਰਚਾ ਤੇ 25, 27, 54, 58 ਆਰਮ ਐਕਟ ਵੀ ਲੱਗਿਆ ਹੋਇਆ ਜੀ। ਪਰ ਇਸ ਮਾਮਲੇ ਵਿੱਚ ਇੱਕ ਵੱਡਾ ਮੋੜ ਉਦੋਂ ਆਇਆ ਜਦੋਂ ਐਸਡੀਐਮ ਅਤੇ ਟੀਐਮ ਵੱਲੋਂ ਜਾਇਜ਼ਾ ਲੈਣ ਲਈ ਘਟਨਾ ਸਥਾਨ ਤੇ ਪਹੁੰਚਿਆ ਗਿਆ। ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਖੜ ਤੇ ਮਾਈਨਿੰਗ ਚੱਲ ਰਹੀ ਸੀ ਉਹ ਜਾਇਜ਼ ਸੀ, ਕਿਉਂਕਿ ਬੇਈਹਾਲਾ ਸਾਡੀ ਪਹਿਲਾਂ ਅਪਰੂਵਡ ਖੜ ਸੀ, ਲੇਕਿਨ ਦਸੰਬਰ ਤੋਂ ਇਹ ਖੜ ਸਸਪੈਂਡ ਕਰਵਾਈ ਗਈ ਹੈ। ਹਰਸ਼ਾ ਵੇਲਾ ਖੜ ਸਾਡੀ ਇੱਕੋ ਹੀ ਖੜ ਜਿਹੜੀ ਪੂਰੀ ਸਬ ਡਿਵੀਜ਼ਨ ਦੇ ਵਿੱਚ ਚੱਲ ਰਹੀ ਹੈਗੀ ਹੈ, ਉਹ ਲੀਗਲ ਖੜ ਹੈਗੀ ਹੈ। ਇਹ ਪਤਾ ਲਗਾਉਣ ਲਈ ਅਸੀਂ ਕੱਲ੍ਹ ਪੂਰੇ ਤਹਿਸੀਲਦਾਰ ਕਾਨੂੰਨ ਪਟਵਾਰੀ ਦੀ ਡਿਊਟੀ ਲਗਾਈ ਸੀ ਵੀ ਉਹਦੀ ਨਿਸ਼ਾਨਦੇਹੀ ਕੀਤੀ ਜਾਵੇ। ਨਿਸ਼ਾਨਦੇਹੀ ਕਰਕੇ ਖਸਰਾ ਨੰਬਰ ਟਰੇਸ ਕਰਵਾਏ ਅਤੇ ਟਰੇਸ ਕਰਵਾਉਣ ਤੋਂ ਬਾਅਦ ਮਾਈਨਿੰਗ ਡਿਪਾਰਟਮੈਂਟ ਨਾਲ ਸੀਗਾ, ਇਹਨਾਂ ਨੂੰ ਕਿਹਾ ਵੀ ਤੁਸੀਂ ਚੈੱਕ ਕਰੋ ਵੀ ਤੁਹਾਡੇ ਖਸਰਾ ਨੰਬਰ ਅਪਰੂਵਡ ਹੈ ਜਾਂ ਨਹੀਂ। ਅਧਿਕਾਰੀ ਵੱਲੋਂ ਤਿਆਰ ਕੀਤੀ ਰਿਪੋਰਟ ਨੇ ਇਸ ਮਾਮਲੇ ਵਿੱਚ ਨਵਾਂ ਮੋੜ ਲਿਆ ਦਿੱਤਾ ਹੈ, ਪਰ ਹੁਣ ਇਹ ਜਾਂਚ ਕਿੱਥੇ ਤੱਕ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸ੍ਰੀ ਆਨੰਦਪੁਰ ਸਾਹਿਬ ਤੋਂ ਪਰਸ਼ੋਤਮ ਸਵੇਰਾ ਦੀ ਰਿਪੋਰਟ, ਸਾਂਝਾ ਟੀਵੀ।